कबूतर ना रखन दे, तू आख्या जगह कबूतर रखन दे उंदा शौक है। मुसेर अगर तेरे भिरा ने कबूतर रखे होने ना तो कोई वड्डी गल नहीं, पर इतनी तक लावनी चाहिए अज मेरे शादी का दिन, आज तो बना जावे। सनमिया तू चुप कर, ये जेड़ी कबूतरा की लच होंदी है ना, ये बड़ी बैड़ी होंदी है, और शादी तो की रह गई, इन्हां दा प्यो भी मर जावे ना, उनके जनाजे नाल ही नहीं रलदे। और साडे वाला भी हराम दे एवें दा ही है, ਉਹ ਇੱਕ ਦੇ ਕੱਟਣ ਤੂੰ ਟੱਕਣ ਲੱਥਾ ਹੋਇਆ ਈ ਤੇ ਮੂੰਹ ਚਾ ਕੇ ਉਹ ਤਾਂ ਕਬੂਤਰ ਵੇਦਾ ਜਾਂਦਾ ਏ, ਉਹ ਫੜਾ ਵੇਚ ਡਿੱਗਾ ਲੱਤ ਉਡਾ ਕੇ ਬੈਠਾ ਹੋਇਆ। ਬੇ ਮਸੇਰ ਅਗਰ ਤੇਰੇ ਭਰਾ ਨੂੰ ਕਬੂਤਰਾਂ ਦਾ ਇਸ਼ਕ ਹੈ ਨਾ, ਮੋੜ ਪਰਾਈ ਧੀ ਦੀ ਜ਼ਿੰਦਗੀ ਖਰਾਬ ਨਾ ਕਰੋ, ਉਹਨੂੰ ਨਾ ਪਰਨਾਓ। ਨਹੀਂ ਮੇਰੀ ਭੈਣ, ਉਹਨੇ ਇਸ ਗੱਲ ਪਰਨਮ ਦੇ ਪਿਓ ਲਾਟਵਾ ਇਹ ਕਰਦਾ ਹੈ ਤਾਂ ਉਹਨੂੰ ਪਰਨਾ ਕੇ ਲਿਆਵਾਂ, ਉਹਨੂੰ ਰੱਸਾ ਪਾਉਂਗਾ। ਰੱਸਾ ਚੰਗਾ ਪਾਉਂਗਾ ਇਹ ਖੁੱਲਾ ਤੇਰੇ ਮੀਆਂ ਨੇ ਦਿੱਤੀ ਹੈ, ਹੁਣ ਤੂੰ ਰੱਸੇ ਪਾ ਦੀਵਾਨੀ ਹੈ। ਉਹ ਗੱਲ ਸੁਣ ਲੈ ਮੇਰੀ, ਆਹ ਉਹਨੂੰ ਆਪਾਂ ਲਾਭ ਕੇ ਲਿਆ। ਚੱਲ ਟੁਰ, ਅੱਲਾ ਭਲਾ ਕਰੇ ਤੁਹਾਡਾ, ਅੱਲਾ ਕਰੇ ਸਾਰੀ ਜ਼ਿੰਦਗੀ ਐਵੇਂ ਜੀਣ ਦੇ ਵੱਤੋ। ਉਹ ਤੁਹਾਨੂੰ ਖੁਸ਼ੀ ਅੱਲਾ ਦਿੱਤੀ ਹੈ, ਕੋਈ ਗਰੀਬ ਦੀ ਇਮਦਾਦ ਕਰੋ, ਉਹ ਸਦਾ ਐਵੇਂ ਖੁਸ਼ੀਆਂ ਚ ਰਵੋ। ਉਹ ਸਾਡੇ ਘਰੇ ਆ ਜਾ, ਫੂੜੀ ਪਈ ਖਲੋਤੀ ਹੈ, ਸਾਨੂੰ ਆਦਾ ਨਿਬੇੜ ਲੈਣ ਦੇ, ਫਿਰ ਤੈਨੂੰ ਵੀ ਦੇ ਲਈ ਸਾ। ਉਹ ਅੱਲਾ ਦੇ ਬੰਦੇ ਫਕੀਰਾਂ ਦੀ ਦਹੀਂ ਲੈਣ ਲੱਗੀ ਖਲੋਤੀ, ਅਸੀਂ ਦੇ ਦੇ ਤੇ ਥੱਕੇ ਪੈ, ਉਨੇ ਮਮਾਨ ਨੇ ਜਿੰਨੇ ਫਕੀਰ ਆਈ ਜਾਂਦੇ। ਉਹ ਯਾਰ ਕਿਵੇਂ ਉੱਚਾ ਬੋਲਦਾ ਪਿਆ ਮਾੜਿਆ ਬੰਦਿਆਂ ਨਾਲ, ਉਹ ਤੂੰ ਵਿਰਾਹ ਦੀ ਸ਼ਾਦੀ ਪਿਆ ਕਰੇ ਨਾ, ਕੋ 200-300 ਮੈਨੂੰ ਦੇ ਚ, ਮੈਂ ਦੁਆਵਾਂ ਕਰੇਂ ਦਾ ਜਾ ਸਾਂ। ਉਹ ਸਾਡੇ ਆਦੇ ਗਾਰੇ ਮਰਨਾ ਪਿਆ ਖੜਾ ਤਾਂ ਜਾ ਭੱਜ, ਤੇਰੀ ਦੁਆਵਾਂ ਦੀ ਕੋਈ ਨਹੀਂ ਜ਼ਰੂਰਤ, ਸੁਭਾਂ ਦੀ ਮੈਂ ਕਿੰਨੀਆਂ ਕੁ ਬੰਦਿਆਂ ਦੀਆਂ ਦੁਆਵਾਂ ਲਵਾਂ। ਉਹ ਜਿਵੇਂ ਪਿਆ ਇਨਸ਼ਾਅੱਲਾ, ਮੈਂ ਤਾਂ ਤੇਰੇ ਕੋਲ ਹੁਣ ਆਇਆ ਨਾ, ਅੱਗੇ ਕਿਹੜੀ ਤੂੰ ਮੈਨੂੰ ਖਰਾਦ ਦਿੱਤੀ ਜਿਹੜਾ ਤੂੰ ਮੈਨੂੰ ਦੁਰਕੈਂਦਾ ਪਈਆਂ। ਮੈਂ ਕਿ ਹੁਣ ਆਇਆ, ਉਹ ਇੱਕ ਨੂੰ ਖਰਾਦ ਦੇਈ, ਉਹ ਸਾਰੇ ਆਦੇ ਨਾਨਕੇ ਦਾਦਕੇ ਉਸ ਬੂਹੇ ਤੇ ਗਾਲ ਦਿੰਦੇ। ਉਹ ਸਾਡੇ ਮਗਰੂ ਲੈ ਜਾ, ਵੇਖ ਲੈ ਮੇਰੇ ਹੱਥ ਵੱਧੇ। ਉਹ ਚੱਲ ਕੋਈ ਇਹਨੂੰ 100-150 ਦੇ ਚਾਹੇ ਜਾਵੇ। ਨਾ ਭਾਈ ਨਾ, ਮੈਂ ਤਾਂ 100-200 ਕੋਈ ਨਹੀਂ ਲੈਣਾ, ਮੈਂ ਪੂਰਾ 500 ਲੈਣਾ। ਉਹ ਆਖਿਰ ਤੂੰ ਵਿਰਾਹ ਦੀ ਸ਼ਾਦੀ ਪਿਆ ਕਰੇ ਨਾ, ਤੇ ਮੈਂ ਨਾਨਕੇ ਦਾਦਕੇ ਕਿਹੜੇ ਗਾਲ ਲੈਣ, ਮੈਂ ਤਾਂ ਕੱਲਾ ਦਮ ਦਾ ਦਮ ਆ। ਉਹ ਕੱਲੇ ਦਮ ਦਾ ਦਮ ਅਸੀਂ ਹੁਣ ਤੈਨੂੰ ਪਰਨਾ ਕੇ ਕੱਲੀਏ, ਜਾਂ ਦਫਾ ਜਾ, ਤਾਂ ਸਾਡੇ ਕੋਲ ਕੋਈ ਨਹੀਂ ਪੈਸੇ। ਥੋੜੇ ਬਾਤੇ ਤਾਂ ਦੇ ਛੱਡੋ, ਥੋੜੇ ਬਹੁਤੇ ਤਾਂ ਦੇ ਛੱਡੋ। पहले आप चलिए आधा बिरा लाभ के लो, तो फिर ही जा सरना, ये घर दी तैयारियां करे, आप लैके आइए। तुसी घर दा काम कर लो, असी छोर नु लब्बी ले जाओ, तुसी लब ले चलो। चल टोर चिमिया सूर इना दे वास्ते वखरे अजाब बने हो। अंसर यार, अपना कबूतर नजर नहीं आता पे, ना आप बाजी हट जाइए। यार नजर नहीं आता पे, तू तैयार कहने को करवाया ही? यार मैं आप उन्हें तैयार करता रहा, अल्लाह के बंदे अग्गे मैं छड़दा सो तो सारा दिन उड़दा, तो शाम नु आते ले जांदा, आज पता नहीं किधे गया। मैं लगदा आज तू कोई गोली उन्हें गलत दे छड़ी, जड़ा निगे नहीं आंदा पिया, नहीं तो अल्लाह के बंदे अग्गे इत्थे 15 मिनट पहले मैं वेख्या था, इत्थे सामने घर के उत्ते उड़दा पिया। पिछले हफ्ते 50,000 दी वो कबूतर मेरा बाजी उड़िया है। मैंने तो होर शक है भी ये ना हो कि निकल गया होया ना, तो मुड़ आपा वेह लिया बाजी तू भी, तो होर तू सुर करिए मुड़ आपा सुर की करनी है हुण सबर रख इत्थे वेखने आ, या कबूतर भड़का आई उतां करके। हा 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 लगने ते मैं लोका कोल मंगे पिन्ने, तुसा ते मैनू नहीं ना दित्ते। ओ पहले ता खा ला, मुण असी भी दे दिसा। ਸਦਾ ਕੀਤੀ ਨਾ ਤੁਸੀਂ, ਉਹ ਮੇਰੀ ਪੂਰੀ ਕਰੋ। ਉਹ ਸਦਾ ਤੈਨੂੰ ਦੇ ਦਿਸਾ, ਸਾਨੂੰ ਸਾਡਾ ਵਿਰਾਹ ਲਾਭ ਲੈਣ ਦੇ, ਉਸ ਤੋਂ ਬਾਅਦ ਦੇ ਦਿਸਾ, ਰੋਲਾ ਨਾ ਜ਼ਿਆਦਾ ਪਾ, ਮਿਹਨਤਕ ਬਾਅਦ ਅੱਗੂ ਆਇਆ ਖੜਾ, ਮਿਹਨਤਕ ਬਾਅਦ ਤੂੰ ਅੱਗੂ ਆ ਜਾ। ਉਹ ਚੰਗੇ ਬਲੇ ਤੂੰ ਪੈਸੇ ਲਈ ਬੈਠਾ, ਉਹ ਐਵੇਂ ਵੀ ਗਿਆ 30,000 ਰੁਪਈਆ ਹੋਣਾ, ਉਹ ਜਾ ਕੋਈ ਆਦਾ ਕਾਰੋਬਾਰ ਕਰ, ਉਹ ਤੈਨੂੰ ਅਕਲ ਆਵੇ। ਪਲਵਾਨ ਜੀ ਤੂੰ ਮੇਰੇ ਪੈਸਿਆਂ ਤੇ ਨਿਗਾ ਨਾ ਰੱਖ, ਮੈਂ ਤੇਰੇ ਕੋਲ ਅੱਲਾ ਦੇ ਨਾਂ ਦੀ ਖਰਾਇਤ ਮੰਗੀ, ਤੂੰ ਮੈਨੂੰ ਦੇ, ਆਖਿਰ ਤੂੰ ਵਿਰਾਹ ਪਰ ਨਹੀਂਦਾ ਪੀਆਂ, ਤੈਨੂੰ ਵਿਰਾਹ ਦੀ ਖੁਸ਼ੀ ਕੋਈ ਨਹੀਂ। ਉਹ ਸਾਨੂੰ ਖੁਸ਼ੀ ਕੋਈ ਨਹੀਂ।
क्यों तो खुशी क्यों को नहीं तो कीमत रहा बिरा सका बिरा बार तू सा क्या जान खाती खड़ा है जान मैं खाती खड़ा मैं इनको चार आने दे की हो जाए घाटा पाता पिया और मेरे को खुले पैसे होते मैं तेन 100-200 दे देने मेरे को 5-5 हज़ार आए थे 1000-1000 आए ने डेट मुरबे का मालिक हां बोए बांडे आला बंदा ये तो मेरे प्यो दादे की विरासत है पूरी करेंदा बना हां जी चौकी है तेनू आखी जाना डेट मुरबे का मालिक हां कला जाना डेढ़ मुरबा जमीन हूं मैं सुचेना बे ओनू संभालने वाला कोई नहीं जी तुहानू बिरा नहीं ना लभदा पिया तो तुसी मेरी शादी करा छड़ो शादी कर दी है शादी क्यों कर दें दे हो मैं बिरा बना के शादी कर लो एवं समझो मैं थोड़ा चौथा बिरा पिया मैं कभी किसी ने बिरा नहीं सद्या चलो मेरे तुसी बिरा बन जा सो अगर तुसी मेरी शादी करा छी ना कोशिश कर रहा तुसी समझदे ही नहीं मैनू असल मिसाल सी फोन किया कबूतर हार गया 10,000 रुपया दे जाओ चुप करके मैनू पता है अज तेरी बरात तू नहीं गया हूं कबूतर नहीं लभदा पिया तेन कि लभिए तू दस हूं की करिए आप कबूतर आदा लभने मेनू पता है मेरे कबूतर तो हट आया सी तू खेत सुहा लभ सी जो निकल गया तो निकल गया हूं उस की तू लभना है आपां नूं ओ कबूतर मेरा है ना मैनू पता है पक्के अड्डे में लाया होया अड्डे लाया होया तो मोड़ो घर ते उड्डे मरे आ मोड़ो लाजमी निकलना है गल सुन मेरी तू सुबह घरों निकल के आ गया तेन पता कि मैं बरात नाल जाना सारी ब्यातरी बूहे ते आई बैठी सी तेन कुत्ते दी तरह गली गली लभदे फिरने बिगैरा तो तेरी शर्म ते हया नहीं आती कित्थे सवेर तक आ रहे थानू नहीं पता है मैं कबूतर दी बाजी है ते तुसी बरात अगले दिन रख लो वा अगले दिन रख लो वे ओ पुत्तर बरात इक्के दिन ही रखी दी हुंदी अगर कुड़ी वाले दा सानू फोन ते फोन आ जांदे ने वी बरात छेती लेके आओ तू इत्थे कबूतरां दी बाजी ला खलोता है चल साडे नाल मैं कोई नहीं जाना जब तक मेरा कबूतर ना ना लभिया मैं किसे पासे नहीं जाना मैं ते चक्क च मुंह वखावण जोगा नहीं रह जाना ते नोमी दा कबूतर हार गया अनोमी गल सुन ले मेरी तू मेरे नाल ना लगिया मैं थप्पे मारदा मारदा तोर घरे लेके जासा तैन पता पूरी ब्यादरी बुआ ते आई बैठी बिगाड़ा था चढ़ाई ना कर अगे मैं कबूतर नहीं लभदा पे ना मैं तेरे वड्डे भरा दा लिहाज भूल जावा अल्लाह खां ओ चिमिया तू इहनू परनाल है अज ओ ब्राह्मण वाला लिहाज भुल्या खड़ोता है ओ मैं तेरे प्योवां दी बजां ओ तेरे बोलण दी तमीज कोई नहीं को साडा हया ता कर जिन्नी ओ मेरी इज्जत कीती खड़ा होनी मैं उंदी इज्जत काड लैसा ओए और तो नहीं जाना नहीं जाना अच्छा ऐ करे ना मैं तो शादी दे लायक दा ही नहीं तू कबूतर उड़ा रानो कोई होर परनाल जासी हुण लै जावे फायदा कोई नी चल आता पता करिए जो कि लाभ पवे था आ जा पता नहीं उस्ताद जी किस सलासन हो अंदर वाड़ गया ने ते ओ दोवे निकले ने ते ओ लाड़े लबन वा गए ते आपा इत्थे पागला तरह खलोते हैं मुंह चा के आज अंदर जी बैठे हैं मुड़ा पतास लेके अल्लाह भला करे जी मेरी बहन है मैंने को 400-500 दे और जेड़े लड़न वाले आनो तो घरू निकल गया तू चलो दे चा मैनू ओ घरू निकल गया तो फिर तू दोबारा की करन आया मैं खरात लमना आया खरात लमना आया 50 रुपया यार 50 रुपया वेला केडा तू शी जवान है यार 50 रुपया मैं देंदा पे तने शर्म नहीं आंदा वे मेरा भरा असी तो आप इस घर दे पुराने हैगे असी कोई मालिक नहीं हैगे जेड़े तेनू देंदे पे इज्जत ना लै लो थाडे वरगे मंगण आले तो तमीज ही कोई नहीं जेड़े थानू लगदा पे चुप करके लो तो जाओ ना नहीं चुप करके लमना आले केड़ी गल है कम से कम इनको 400-500 दे वो भरवी खरात दे वो भरवी ओ तो मोड़ा आ गया हां जी हां जी
गल सुनो मेरी, वो छोरे ते शादी नु करदा जवाब, तुसी हुण भाई आपो आ ते घरां नु जाओ, ओ चलो मैं ढोल लै लियो, शादी साडी खत्म हो गई। एक मिनट में मेरा भरा किते जांदा पिया, की चबल मारदा पिया तू? चबल मैं नहीं मारदा पिया, छोरे ने देता जवाब, ओने कहा मैं छड्डी होई बाजी ते मैं शादी कोई नहीं करानी, आ ओदे हार उर असी ला के लै आया, फोन करने कुड़ी आलियां नू वे भाई असि जंज लाके कोई नहीं आना साडे नू जवाब जे नसेर ए ते नीरा तुसा कुड़ी आलियां नू गंदा पे करदे ने अगर ओंदी बासी ददे इयो हण ते तुसी अगा पिछा दे कर लओ अकल तेरे च ढेर सारा है भाई तुसी फद क्यों नू ओरे लाया बैठे आपा नू नवा नवू के हार पा के ला चलिए मुड़ वेले मुंह चा के लगे आए ने अथुओ ने हार ही ला लेने ओ थोड़े तो ही जोर होया खलोता है ओए ओ ना धो के गाने गुने बान के बाहर गया हा असि ओंदे पीछे हुन गए हा ते साडे ओडड़ ते मथे च पवाईदा हा शादी तो ओने इनकार कर दित्ता सी आदे जमीन ला भी इन्हे पहले तय कर लगे की जमीन वाकई साडे नाल लास है जे अगर साडे नाल लांदा है ते आपा नौमी जगत इन लाड़ा बना के लै जाए बड़ा अकल तो ना है मुड़ तू रख के एंड तिकर गल सारी कर गया शाबाश तेरे जिंदगी पहली बारी तू चंगी गल की और आवे ना है। कौन है ओया मंगण वाले नु रा तू मैं जी आया आया आ जा हां जी देवो ओ दे दे ना सबर कर ओ गली जदों बैठा है तू सानू आखे मेरी शादी कराओ जमीन मैं थोड़े नाल वा हाँ मैं बिल्कुल आख्या तुसी मेरी शादी कराओ मैं थोड़े ना एक मुरब्बा जमीन करा दे सा थोड़े नाल वादा हो गया पक्की गल है मुकरी ना इस गल मैं कभी मुकरिया नहीं जेड़ी जबान कर दे उस ते तोल जाना चलो असि भी तोल गए हैं भरा साडा मंदा कोई नहीं पिया हाँ। ते तेरी शादी असि करा देने तो जमीन तू सान दे ठीक है मेरा तो कोई इतराज नहीं जी तुसी रजा हो गए हो मैं तो पहले रजा हम चल अगर टोटल कपड़े कपड़े बदलाने हैं तो नुआने तो जांच तेरी चढ़ाने हैं ठीक है मैं तो तानू पहले ही आके मैं भौं बांडे आला चल टोटल टोटल जंज तो डुकी नहीं बैठी पर जो जंज आ जाए तो तू घर ना होवे तो मैं तेनू लैन गया होवा तो किड्डी बुरी गल है ना कर मेरी धी छोरिया चल तू आ जा अंदर चल मैं ना बोलिया कर।
ਉਹ ਚਾਚਾ ਕੀ ਵੇਖੀ ਜਾਂਦਾ ਮੌਲਵੀ ਨੂੰ ਸਦਾ ਦਾ ਨਿਕਾਹ ਪੜਾ ਐਡਾ ਕਾਲਾ ਨਾ ਬਣ ਆ ਮੈਨੂੰ ਇਹ ਕਬੂਲ ਨਹੀਂ ਆ ਮੇਰੀ ਜਿਹੜੀ ਤੁਹਾਡੀ ਗੱਲ ਹੋਈ ਸੀ ਨਾ ਜਿਹੜਾ ਮੁੰਡਾ ਮੈਨੂੰ ਵਿਖਾਇਆ ਸੀ ਉਹ ਮੁੰਡੇ ਨੂੰ ਮੈਂ ਨਿਕਾਹ ਦੇਣਾ ਇਹਨੂੰ ਨਹੀਂ ਦੇਣਾ ਉਹ ਚਾਚਾ ਮੈਂ ਕਿਉਂ ਤੈਨੂੰ ਕਬੂਲ ਨਹੀਂ ਕਿ ਮੇਰੇ ਕੀ ਮੂੰਹ ਤੇ ਤਿਲਕਣ ਮੱਚੀ ਹੋਈ ਹੈ ਉਹ ਚੁੱਪ ਕਰੇ ਨਾ ਉਹ ਚਾਚਾ ਉਹ ਭਰਾ ਮੇਰਾ ਲੱਟ ਵਾਈਆਂ ਕਰਦਾ ਸੀ ਤੇ ਲੱਟ ਛੋਰ ਆਈ ਉਹ ਕਬੂਤਰ ਬਾਜੀ ਮੈਂ ਕਿਹਾ ਕੱਲ ਨੂੰ ਤੇਰੀ ਦੀਜ ਦੁੱਖਾਂ 'ਚ ਪੈਣੀ ਹੈ ਉਹਦੇ ਨਾਲ ਉਹਨੂੰ ਮੈਂ ਲਿਆਂਦਾ ਹੀ ਕੋਈ ਨਹੀਂ ਇਹ ਛੋਰ ਕੰਮ ਕਾਰ ਵੀ ਕਰਦਾ ਹੈ ਤੇ ਚੰਗਾ ਵੀ ਹੈਗਾ ਉਹ ਪਰ ਇਹਨੂੰ ਦੀ ਦੇ ਤੇਰੀ ਦੀ ਸੁਖੀ ਰਸ ਆਹਾ ਉਹ ਬਰਾਦਰੀ ਮੈਨੂੰ ਕੀ ਕਹੇਗੀ ਮੁੰਡਾ ਕਿਹੜਾ ਵੇਖਿਆ ਤੇ ਕਿਹੜੇ ਨੂੰ ਨਿਕਾਹ ਦਿੱਤਾ ਉਹ ਬਰਾਦਰੀ ਨਾਲ ਅਸੀਂ ਆਪੇ ਡਾਕ ਲਿਸਾ ਬਰਾਦਰੀ ਦੀ ਟੈਨਸ਼ਨ ਨਾ ਲਓ ਜਿਹੜਾ ਤੈਨੂੰ ਕੋ ਉਲਾਮਾ ਦੇਵਣ ਲੱਗਾ ਨਾ ਜਿਹੜਾ ਤੈਨੂੰ ਤਾਨਾ ਦੇਵਣ ਲੱਗਾ ਉਹਨੂੰ ਮੇਰੇ ਮੱਥੇ ਲਾ ਛੱਡ ਉਹ ਚੁੱਪ ਕਰ ਇਹ ਜਾ ਮੇਰੀ ਗੱਲ ਸੁਣ ਇਹ ਸਾਈਡ ਤੇ ਸਾਈਡ ਤੇ ਆ ਚਾਚਾ ਇੱਥੇ ਆਵੇਂ ਨਾ ਆਹਾ ਉਹ ਮੇਰੀ ਗੱਲ ਸਮਝ ਇਹ ਜਿਹੜਾ ਛੋਰ ਹੈ ਨਾ ਚੰਗਾ ਹੈਗਾ ਇਹਦੇ ਨਾਲ ਪਰਾਂ ਨਿਕਾਹ ਪੜਾ ਦੇ ਉਹ ਕਮਲਾ ਹੋ ਗਿਆ ਤੂੰ ਉਹ ਪਿੰਡ ਵਾਲੇ ਤੇ ਬਰਾਦਰੀ ਵਾਲੇ ਮੈਨੂੰ ਕੀ ਕਹਿਣਗੇ ਵੀ ਮੁੰਡਾ ਕਿਹੜਾ ਵੇਖਿਆ ਸੀ ਤੇ ਕਿਹਦੇ ਨਾਲ ਨਿਕਾਹ ਦੇਤਾ ਮੈਂ ਇਹਨੂੰ ਕਿਉਂ ਨਿਕਾਹ ਦੇਵਾਂ ਉਹ ਚਾਚਾ ਹੁਣ ਤੂੰ ਮੇਰੇ ਕੋ ਸਿੱਧੀ ਸੁਣਨਾ ਚਾਹਨਾ ਓਏ ਤੂੰ ਮੈਨੂੰ ਇੱਕ ਸੁਣਾਵੇਂਗਾ ਤੇ ਮੈਂ ਤੈਨੂੰ ਚਾਰ ਸੁਣਾਵਾਂਗਾ ਤੂੰ ਮੇਰੇ ਚੱਕ ਚ ਆਇਆ ਖਲੋਤਾ ਐਵੇਂ ਤੈਨੂੰ ਅਸੀਂ ਵੀ ਨਹੀਂ ਜਾਣ ਦਿੰਦੇ ਓ ਚਾਚਾ ਤੂੰ ਗਲਤ ਪਾਸੇ ਲੈ ਗਿਆ ਮੈਂ ਲੜਾਈ ਦੀ ਗੱਲ ਨਹੀਂ ਕਰਦਾ ਓ ਮੈਂ ਇੱਕ ਲਾੜੇ ਦੀ ਗੱਲ ਲੁਕਾਈ ਆਈ ਮੈਂ ਉਹ ਪਿਆ ਨਾ ਓ ਕੀ ਗੱਲ ਲੁਕਾਈ ਏ ਤੂੰ ਮੈਨੂੰ ਖੋਲ ਕੇ ਦੱਸ ਓ ਚਾਚਾ ਅੱਧਾ ਮੁਰੱਬਾ ਜ਼ਮੀਨ ਦਾ ਮਾਲਕ ਹੀ ਨਾ ਭੈਣ ਨਾ ਭਰਾ ਨਾ ਮਾਂ ਨਾ ਪਿਓ ਕੱਲਾ ਦਾ ਕਾਰਾ ਕੱਲਾ ਓ ਤੇਰੀ ਦੀ ਸਾਰੀ ਜ਼ਿੰਦਗੀ ਰਾਜ ਕਰ ਸੀ ਤੇ ਗੱਲ ਸੁਣ ਜਿਹੜੀ ਇੱਕ ਹੋਰ ਇਹਨੂੰ ਮੈਂ ਆਖਣਾ ਵੀ 4 ਕਿੱਲੇ ਆ ਤੇ ਸਹੁਰੇ ਨੂੰ ਵੀ ਦੇ ਓ ਬਾਕੀ ਦੀ ਜ਼ਿੰਦਗੀ ਤੇਰੀ ਵੀ ਸਬਰ ਜਾ ਸੀ ਹੁਣ ਦੱਸ ਓ ਤੇਰਾ ਮੈਂ ਫਾਇਦਾ ਕੀਤਾ ਕਿ ਨਹੀਂ ਨਹੀਂ ਫਾਇਦੇ ਵਾਲੀ ਗੱਲ ਤੇ ਹੈ ਓ ਪਰ ਉਹ ਮੰਨ ਜਾਏਗਾ ਵੀ ਉਹ 4 ਕਿੱਲੇ ਮੇਰੇ ਨਾਂ ਕਰਾ ਦੇਗਾ ਓਏ ਉਹਦੀ ਕੋਈ ਇੰਨੀ ਜ਼ਰੂਰਤ ਹੈ ਉਹਨੂੰ ਆਪਾਂ ਸੱਦ ਲੈਨੇ ਤੇ ਗੱਲ ਖੋਲ ਲੈਨੇ ਤੇਰੇ ਨਾਲ 4 ਕਿੱਲੇ ਕਰਸੀ ਤੇ ਮੋੜ ਡੋਲੀ ਲੈ ਕੇ ਜਾਸੀ ਤੇਰੀ ਧੀ ਦੀ ਚਲ ਠੀਕ ਹੈ ਗੱਲ ਕਰ ਫਿਰ ਉਹਦੇ ਨਾਲ ਠੀਕ ਹੈ ਤੂੰ ਇੱਥੇ ਖਲੋ ਤੈਨੂੰ ਮੈਂ ਸੱਦ ਕੇ ਲੈਣਾ ਦੂਲੇ ਨੂੰ ਛੇਤੀ ਜਾ ਰਾਣਾ ਸਾਹਿਬ ਪੂਰਾ ਉਹਨੇ ਕੰਮ ਤੇ ਗੱਲ ਕਰਨੀ ਓਏ ਹੁਣ ਇਹਨੂੰ ਕੀ ਆਖੂ ਐ ਪਰ ਚੁੱਪ ਕਰ ਇਹਨੇ ਸਾਰਿਆਂ ਨਾਲ ਕੰਪਰਮਾਈਜ਼ ਕਰਾਉਂਗਾ ਜੀ ਇੱਥੇ ਆ ਆਈ ਤੇਰਾ ਸਹੁਰਾ ਤੇ ਅੱਜ ਤੂੰ ਤੇਰਾ ਪਿਓ ਹੀ ਜਿਹੜੀ ਤੇਰੀ ਅੱਧਾ ਮੁਰੱਬਾ ਜ਼ਮੀਨ ਹੈ ਨਾ ਉਹਦੇ ਜੋ 4 ਕਿੱਲੇ ਦੇ ਨਾਲ ਆ ਦੇ 4 ਕਿੱਲੇ ਉਹ ਸੋਚੀ ਕੀ ਪੈ ਗਿਆ ਉਹ ਤੈਨੂੰ ਦੀਪ ਦਿੰਦਾ 4 ਕਿੱਲੇ ਦੇ ਉਹਨੂੰ ਉਹ ਸੋਚੀ ਮੈਂ ਕਿਉਂ ਪਵਣਾ ਉਹ ਡੇਢ ਮੁਰੱਬਾ ਮੇਰੇ ਕੋਲ ਜ਼ਮੀਨ ਹੈ ਜਿਹ ਵਿੱਚੋਂ 4 ਕਿੱਲੇ ਮੈਨੂੰ ਦੇ ਛੱਡੇ ਤਾਂ ਮੈਨੂੰ ਕਿਹੜਾ ਫਰਕ ਪੈ ਜਾਵਣਾ ਹੈ ਡੇਢ ਮੁਰੱਬਾ ਓਏ ਤੂੰ ਤੇ ਕਹਿੰਦਾ ਪੈਸਾ ਕਿਉਂ ਉਹਦੇ ਕੋਲ ਅੱਧਾ ਮੁਰੱਬਾ ਜ਼ਮੀਨ ਹੈ ਉਹ ਕਹਿੰਦਾ ਮੇਰੇ ਕੋਲ ਡੇਢ ਮੁਰੱਬਾ ਉਹ ਚਾਚਾ ਉਹ ਚੁੱਪ ਕਰ ਤੇਰੇ ਕੋਲ ਅੱਧਾ ਮੁਰੱਬਾ ਹੀ ਹੈ ਉਹ ਸਮਝਿਆ ਕਰ ਯਾਰ ਉਹ ਵਾਲੀ ਕਿਹੜੀ ਗੱਲ ਹੈ ਮੇਰੇ ਕੋਲ ਟੋਟਲ ਹੈ ਡੇਢ ਮੁਰੱਬਾ ਚਾਚਾ ਜਿੰਨੇ ਚ ਇੱਕ ਮੁਰੱਬਾ ਮਹੀਨਾ ਦੇ ਛੱਡਿਆ ਬਾਕੀ ਅੱਧਾ ਮੁਰੱਬਾ ਬਚਿਆ ਉਹਦੇ ਚ 4 ਕਿੱਲੇ ਤੂੰ ਲੈ ਲੈ ਵੀ ਮੈਂ ਕਮੁਕਰਦਾ ਪਈ ਹੈ ਉਹ ਮੇਰੀ ਗੱਲ ਸੁਣ ਲੈ ਉਹ ਤੂੰ ਝੂਠ ਬੋਲਣਾ ਬਕਵਾਸ ਕਰਨਾ ਪਿਆ ਤੂੰ ਇੱਕ ਵਾਰੀ ਉੱਥੇ ਚਾਰੀ ਨੂੰ ਲੈ ਕੇ ਤੇ ਮੈਂ ਇਹਦੇ ਨਾਲ ਜ਼ਰਾ ਗੱਲ ਕਰ ਲਵਾਂ ਚੱਲ ਆ ਚੱਲ ਮੈਂ ਉਹਦੇ ਨਾਲ ਗੱਲ ਕਰ ਲਵਾਂ ਚਲੋ ਤੁਸੀਂ ਬੈਠੋ ਯਾਰ ਮੈਂ ਕਿਹਾ ਮੁਕਰਿਆ ਚਾਚੇ ਨਾਲ ਇਹਨਾਂ ਨੂੰ ਮੈਂ ਸ਼ੁਰੂ ਤੋਂ ਆਖਿਆ ਮੈਂ ਭੋਏ ਭਾਂਡੇ ਵਾਲਾ ਬੰਦਾ ਓਏ ਉਹ ਤਾਂ ਚਲੋ ਠੀਕ ਹੈ ਤੂੰ ਮੈਨੂੰ ਦੱਸ ਦਿੱਤਾ ਵੀ ਤੂੰ ਭੋਏ ਭਾਂਡੇ ਵਾਲਾ ਬੰਦਾ ਹੈ ਪਰ ਉਹ ਤੇਰੇ ਡੇਢ ਮੁਰੱਬੇ ਦਾ ਤੈਨੂੰ ਅੱਧਾ ਮੁਰੱਬਾ ਕਿਉਂ ਦੱਸਦੇ ਪਏ ਨੇ ਵੀ ਤੂੰ ਅੱਧੇ ਮੁਰੱਬੇ ਦਾ ਮਾਲਕ ਓ ਚਾਚਾ ਮੈਂ ਤੈਨੂੰ ਸਿੱਧੀ ਗੱਲ ਕਰਿੰਦਾ ਮੈਂ ਵਦਾ ਮੁਕਵਾਰਾ ਇਹਨਾਂ ਦੇ ਕੋਲ ਗਿਆ ਮੈਂ ਕਿਹਾ ਮੈਨੂੰ ਤੁਸੀਂ ਪਰਨਾ ਛੱਡੋ ਵਿਰਾਹ ਬਾਣ ਕੇ ਇਹਨਾਂ ਕਿਹਾ ਕੋਈ ਗੱਲ ਨਹੀਂ ਅਸੀਂ ਤੈਨੂੰ ਪਰਨਾ ਦੇਣਾ ਮੇਰੇ ਕੋਲ ਟੋਟਲ ਜ਼ਮੀਨ ਹੈ ਡੇਢ ਮੁਰੱਬਾ ਜਿੰਨਾ ਚ ਇਹਨਾਂ ਕਿਹਾ ਅਸੀਂ ਤੈਨੂੰ ਤਾਂ ਪਰਨਾ ਸਾਂ ਜੀ ਤੂੰ ਸਾਨੂੰ ਇੱਕ ਮੁਰੱਬਾ ਜ਼ਮੀਨ ਦਾ ਦੇਵਾਂ ਤਾਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਪਰਨਾ ਛੱਡੋ ਇੱਕ ਮੁਰੱਬਾ ਤੁਹਾਨੂੰ ਜ਼ਮੀਨ ਦਾ ਦੇ ਦੇਸਾਂ ਜਿੰਦੇ ਚ ਇੱਕ ਮੁਰੱਬਾ ਉਹਨਾਂ ਨੂੰ ਦੇ ਛੱਡੀ ਬਾਕੀ ਅੱਧਾ ਮੁਰੱਬਾ ਮੇਰੇ ਕੋਲ ਬੱਚੀ ਹੈ ਕਮਲਾ ਉਹ ਕਮਲਿਆ ਮੇਰਾ ਪੁੱਤਰਾ ਉਹ ਤੂੰ ਇਹਨਾਂ ਨੂੰ ਜ਼ਮੀਨ ਦਾ ਮੁਰੱਬਾ ਕਦ ਲਈ ਦੇਣਾ ਪਿਆ ਉਹ ਧੀ ਦਾ ਰਿਸ਼ਤਾ ਤੈਨੂੰ ਮੈਂ ਦੇਣਾ ਕਿ ਉਹਨਾਂ ਨੇ ਉਹ ਕਮਲਿਆ ਇਸ ਡੇਢ ਮੁਰੱਬੇ ਦੇ ਵਿੱਚੋਂ ਅੱਧਾ ਮੁਰੱਬਾ ਲਵਾ ਮੇਰੇ ਨਾਲ ਮੈਂ ਤੈਨੂੰ ਦੇਣਾ ਆਪਣੀ ਧੀ ਦਾ ਨਿਕਾਹ ਤੇ ਬਾਕੀ ਇੱਕ ਮੁਰੱਬਾ ਜਿਹੜਾ ਉਹ ਤੂੰ ਤੇ ਮੇਰੀ ਧੀ ਦੋਵੇਂ ਆਪਣੇ ਕੋਲ ਰੱਖੋ ਵਾਹ ਤੇ ਖਾਓ ਚਲੋ ਇਹ ਗੱਲ ਤੇਰੀ ਠੀਕ ਹੈ ਮੈਂ ਤੇਰੇ ਅੱਖੇ ਲੱਗ ਜਾਣਾ ਤੇ ਇਹਨਾਂ ਨੂੰ ਮੈਂ ਮੁਰੱਬਾ ਜ਼ਮੀਨ ਦਾ ਨਾਮ ਦਿੱਤਾ ਇਹ ਤਾਂ ਮੇਰੇ ਗੱਲ ਪੈ ਜਾਸੇ ਕਮਲਾ ਨਾ ਹੋਵੇ ਤੇ ਗੱਲ ਕਿਉਂ ਪੈਣਗੇ ਇਹ ਤਾਂ ਬੰਦੋਬਸਤ ਮੈਂ ਕਰਨਾ ਆ ਤੂੰ ਮੇਰੇ ਨਾਲ ਬਾ ਠੀਕ ਹੈ ਆ ਜਾ ਬਿਰਾ ਬਣਿਆ ਉਹ ਜਦੋਂ ਤੁਹਾਡਾ ਸੱਕਾ ਆਪਦਾ ਬਿਰਾ ਨਹੀਂ ਬਣਿਆ ਤਾਂ ਮੈਂ ਬਿਗਾਨਾ ਬਣਨਾ ਸ਼ਾਬਾਸ਼ ਤੇ ਰਾਸ਼ ਨਾ ਕਰੋ ਇੱਥੋਂ ਗਲੀ ਲੱਗੋ ਚਾਬ ਸ਼ਾਬ ਸ਼ਾਬਾ ਆਹ ਗੱਲ ਤੂੰ ਸਹੀ ਕੀਤੀ ਹੈ ਜਦੋਂ ਸਾਡਾ ਬਰਾਜ ਨੇ ਬਣਿਆ ਤੇ ਤੂੰ ਕਿੱਥੇ ਮੰਗਣ ਵਾਲਾ ਬਣਨਾ ਚਲੋ ਚੱਲੀਏ ਆ ਮੇਰਾ ਤਰਕਾ ਮੈਂ ਦਿੱਤੀ ਜਾ ਚਲੋ ਚਲੋ ਸ਼ਾਬਾਸ਼ ਮੈਨੂੰ ਕੀ ਕਰਨਾ ਹੈ ਇਹ ਤਾਂ ਚਾਹੀਦਾ ਬਿਲੋ ਐ ਬਿਲੋ ਉਰਾ ਮੇਰੀ ਧੀ ਉਰਾ ਅੱਛਾ ਆਵੇਂ ਨਾ ਅੱਛਾ ਇੱਥੇ ਆੜਿਆ ਕੁਛ ਨਹੀਂ ਬਹਿ ਜਾ
ਪੰਜਾਬੀ ਗੱਲ ਸੁਣ ਲਿਆ ਮੇਰੀ? ਹਾਂਜੀ ਹਾਂਜੀ। ਹੈਲੋ, ਆਪਾਂ ਹੁਣ ਚੱਲ ਲਿਆ ਮਸੀਤ ਤੇ। ਹਾਂਜੀ, ਤੇ ਤੇਰਾ ਨਿਕਾਹ ਕਰਕੇ ਤੇ ਤੁਹਾਨੂੰ ਦੋਵਾਂ ਨੂੰ ਆਪਣੀ ਜ਼ਿੰਦਗੀ ਦਾ ਸਾਥੀ ਬਣਾ ਲੈ। ਹਾਂ ਬਿਲਕੁਲ, ਸਾਥੀ ਤਾਂ ਬਣਨਾ ਹੀ ਬਣਨਾ। ਆਜਾ ਸ਼ਾਬਾਸ਼, ਆਜਾ ਚੱਲ ਬੀਰੋ। ਹਾਂ ਬਿਲਕੁਲ, ਆਜਾ ਗੱਲ ਸੁਣ ਲੈ। ਨਿਕਾਹ ਹੁਣ ਮੈਂ ਦਿੱਤਾ ਤੁਹਾਡਾ ਕਰਾ, तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।